ਪੰਜਾਬ ਦੀਆਂ ਚਾਰੇ ਜ਼ਿਮਨੀ ਸੀਟਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਚਾਰੋਂ ਉਮੀਦਵਾਰ ਅਨਾਊਂਸ ਕਰ ਦਿੱਤੇ ਨੇ, ਲੇਕਿਨ ਆਮ ਆਦਮੀ ਪਾਰਟੀ 'ਚ ਇੱਕ ਚਰਚਾ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ 'ਚ ਮੰਥਨ ਦੀ ਜ਼ਰੂਰਤ ਹੈਗੀ ਆ ਅਤੇ ਜਿਹੜੇ ਬਾਗੀ ਵਿਧਾਇਕ ਨੇ, ਜਿਹੜੇ ਨਾਰਾਜ਼ ਵਿਧਾਇਕ ਨੇ, ਉਹਨਾਂ ਨੂੰ ਇਕੱਠੇ ਕਰਨ ਦੀ ਵੀ ਲੋੜ ਹੈ। ਸਾਡੇ ਨਾਲ ਇੱਥੇ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਨੇ, ਇਹਨਾਂ ਨਾਲ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਸਰ, ਲਗਾਤਾਰ ਚਰਚਾ ਹੋ ਰਹੀ ਹੈ ਕਿ ਤੁਹਾਡੇ ਵਿਧਾਇਕ ਜਿਹੜੇ ਨਾਰਾਜ਼ ਨੇ, ਉਹਨਾਂ ਨੂੰ ਮਨਾਉਣ ਦੀ ਕਵਾਇਤ ਕਦੋਂ ਤੱਕ ਜਾਰੀ ਕਰ ਦਿੱਤੀ ਜਾਏਗੀ, ਕਿਉਂਕਿ ਜ਼ਿਮਨੀ ਚੋਣਾਂ ਤਾਂ ਬਿਲਕੁਲ ਨੇੜੇ ਆ ਗਈਆਂ। ਜਿਹੜੇ ਹੁਣ ਇਲੈਕਸ਼ਨ ਨੇ, ਆਖਰੀ ਤਰੀਕ ਜਿਹੜੀ ਆ ਨੋਮੀਨੇਸ਼ਨ ਦੀ 30 ਤਰੀਕ ਹੈ, ਔਰ ਸਾਡਾ ਜਿੰਨਾ ਵੀ ਫੋਕਸ ਪਾਰਟੀ ਦਾ ਆ ਇਹਨਾਂ ਚਾਰਾਂ ਸੀਟਾਂ ਦੇ ਉੱਪਰ, ਅਸੀਂ ਆਪਣੇ ਜਿਹੜੇ ਆ ਪਾਰਟੀ ਵਰਕਰ ਸੀਗੇ ਜਿਹੜੇ, ਉਹਨਾਂ ਨੂੰ ਪਾਰਟੀ ਨੇ ਮਾਣ ਦਿੱਤਾ, ਪਾਰਟੀ ਨੇ ਉਹਨਾਂ ਨੂੰ ਟਿਕਟਾਂ ਨਾਲ ਨਵਾਜਿਆ, ਔਰ ਸਾਡੀ ਜਿਹੜੀ ਕੋਸ਼ਿਸ਼ ਆ ਕਿ ਆਪਾਂ ਜਿਹੜਾ ਆ ਇਹ ਇਲੈਕਸ਼ਨ ਜਿਹੜਾ ਆ ਪੂਰੇ ਤਨਦੇਹੀ ਦੇ ਨਾਲ, ਇੱਕਜੁੱਟਤਾ ਦੇ ਨਾਲ ਇਕੱਠੇ ਹੋ ਕੇ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਜਿੱਥੇ ਤੁਸੀਂ ਗੱਲ ਕਰਦੇ ਹੋ ਜਿਹੜੇ ਬਾਗੀ ਵਿਧਾਇਕ ਨੇ, ਉਹਨਾਂ ਨਾਲ ਜਿਹੜੀ ਗੱਲ ਹੈ ਉਹ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਹੀ ਗੱਲ ਕਰ ਸਕਦੀ ਹੈ, ਉਹੀ ਇਸ ਲੈਵਲ 'ਤੇ ਉਹਨਾਂ ਦੀ ਗੱਲ ਹੋ ਵੀ ਸਕਦੀ ਹੈ, ਨਹੀਂ ਹੋਈ ਇਹਦੇ ਬਾਰੇ ਮੈਨੂੰ ਜ਼ਿਆਦਾ ਨੌਲੇਜ ਨਹੀਂ ਹੈ। ਕਿਉਂਕਿ ਜ਼ਰੂਰਤ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਨਾਲ ਲੈਣ ਦੀ ਜ਼ਰੂਰਤ ਹੈਗੀ ਆ, ਕਿਉਂਕਿ ਇੱਕਜੁੱਟ ਪਾਰਟੀ ਹੋਏਗੀ ਤਾਂ ਥੋੜ੍ਹਾ ਤੁਹਾਡਾ ਸ਼ਾਇਦ ਸੀਟਾਂ 'ਤੇ ਕੋਈ ਅੱਛੀਆਂ ਵੋਟਾਂ ਪੈ ਜਾਣ, ਸ਼ਾਇਦ ਤੁਸੀਂ ਇੱਕ ਅੱਧੀ ਸੀਟ ਜਿੱਤ ਵੀ, ਕੁਝ ਸੀਟਾਂ ਜਿੱਤ ਵੀ ਜਾਓ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਜ਼ਰੂਰਤ ਉਹਨਾਂ ਦੀ ਬਹੁਤ ਹੈਗੀ ਆਮ ਆਦਮੀ ਪਾਰਟੀ ਨੂੰ ਇਸ ਸਮੇਂ, ਕਿਉਂਕਿ ਅਗਰ ਤੁਸੀਂ ਪੰਜਾਬ ਦੇ ਵਿੱਚ ਆਪਣੀ ਆਮ ਆਦਮੀ ਪਾਰਟੀ ਦੀ ਇਕਾਈ ਨੂੰ ਮਜ਼ਬੂਤ ਕਰਨਾ ਤਾਂ ਪਾਰਟੀ ਨੂੰ ਕਈ ਵਾਰ ਜਿਹੜੇ ਰੁੱਸੇ ਹੋਏ ਵਿਧਾਇਕ ਉਹਨਾਂ ਦੀ ਹੀ ਨਹੀਂ, ਜਿੰਨੇ ਵੀ ਹੋਰ ਵਲੰਟੀਅਰ ਨੇ ਉਹਨਾਂ ਸਾਰਿਆਂ ਦੀ ਜ਼ਰੂਰਤ ਹੈ। ਕਿਉਂਕਿ ਮੈਂ ਇਹ ਨਹੀਂ ਕਹਾਂਗਾ ਕਿ ਪਾਰਟੀ ਨੂੰ ਹੀ ਜ਼ਰੂਰਤ ਹੈ, ਮੈਂ ਇਹ ਕਹਾਂਗਾ ਕਿ ਪੰਜਾਬ ਨੂੰ ਜ਼ਰੂਰਤ ਹੈ। ਕਿਉਂਕਿ ਤੁਸੀਂ ਦੇਖੋ ਕਿ ਪਿਛਲੇ 10 ਸਾਲਾਂ ਦੇ ਵਿੱਚ ਜੋ ਅਕਾਲੀ ਦਲ ਨੇ ਨੰਗਾ ਨਾਚ ਪੰਜਾਬ ਦੇ ਵਿੱਚ ਨੱਚਿਆ, ਔਰ ਜਿੰਨੇ ਵੀ ਢਾਬੇ, ਜਿੰਨੀਆਂ ਬੱਸਾਂ, ਜਿੰਨੇ ਹੋਰ ਰੇਤੇ ਦੀਆਂ ਖੱਡਾਂ ਸਾਰੀਆਂ ਰਲ ਮਿਲ ਕੇ ਖਾ ਗਏ ਨੇ, ਔਰ ਕੈਪਟਨ ਸਾਹਿਬ ਅੱਜ ਉਹਨਾਂ ਨੂੰ ਕਲੀਨ ਚਿੱਟ ਦੇ ਰਹੇ ਨੇ, ਔਰ ਪੰਜਾਬ ਦੇ ਲੋਕ ਬਿਲਕੁਲ ਜਿਹੜੇ ਕਾਂਗਰਸ ਦਾ 2.5-3 ਸਾਲ ਦਾ ਰਾਜ ਉਹ ਦੇਖ ਚੁੱਕੇ ਨੇ, ਇਹਨਾਂ ਕੋਲੋਂ ਬੁਰੀ ਤਰ੍ਹਾਂ ਨਿਰਾਸ਼ ਨੇ, ਅਕਾਲੀ ਦਲ ਨੂੰ ਬਿਲਕੁਲ ਜਿਹੜਾ ਮੂੰਹ ਲਾ ਕੇ ਤਿਆਰ ਨਹੀਂ, ਉਹਨਾਂ ਨੂੰ ਇੱਕੋ ਇੱਕ ਕਿਰਨ, ਆਸ ਦੀ ਕਿਰਨ ਜਿਹੜੀ ਦਿਖ ਰਹੀ ਹੈ ਉਹ ਆਮ ਆਦਮੀ ਪਾਰਟੀ ਹੈ। ਔਰ ਸਾਡੇ ਵੱਲੋਂ ਕੋਸ਼ਿਸ਼ ਹੋਊਗੀ ਕਿ ਜਿੰਨੇ ਵੀ ਸਾਡੇ ਭਰਾ ਸਾਡੇ ਜਿਹੜੇ ਰੁੱਸੇ ਨੇ ਜਾਂ ਕਿਸੇ ਗੱਲ ਤੋਂ ਨਾਰਾਜ਼ ਨੇ ਜਾਂ ਨਿਰਾਸ਼ ਨੇ, ਉਹਨਾਂ ਨੂੰ ਆਪਾਂ ਘਰ ਘਰ ਜਾ ਕੇ ਮਨਾਉਣ ਦੇ ਨਾਲ ਨਾਲ ਉਹਨਾਂ ਨੂੰ ਅੱਗੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਔਰ ਇਹਦੇ ਵਿੱਚ ਮੈਂ ਸਮਝਦਾ ਕਿ ਉਹਨਾਂ ਦੇ ਆਪਣੇ ਵੀ, ਯਾਨੀ ਕਿ ਜਿਹੜੀ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾਰਾਜ਼ਗੀ ਹੈ, ਛੋਟੀਆਂ ਮੋਟੀਆਂ ਗਲਤ ਫਹਿਮੀਆਂ ਆ, ਉਹ ਇੱਕ ਸਾਈਡ 'ਤੇ ਰੱਖ ਕੇ ਪੰਜਾਬ ਦੇ ਭਲੇ ਲਈ ਇਕੱਠੇ ਹੋ ਕੇ ਆਉਣ ਦੀ ਜ਼ਰੂਰਤ ਆ। ਤੁਹਾਡੀ ਪਾਰਟੀ ਦੇ ਨਾਲ ਅਮਨ ਅਰੋੜਾ ਵੀ ਨੇ, ਵਿਧਾਇਕ ਨੇ, ਉਹ ਹਮੇਸ਼ਾ ਕਹਿੰਦੇ ਆਏ ਨੇ ਕਿ ਪਿਛਲੇ 3-4 ਮਹੀਨਿਆਂ ਤੋਂ ਮੈਂ ਲਗਾਤਾਰ ਕਹਿੰਦਾ ਆ ਰਿਹਾ ਕਿ ਮੰਥਨ ਕਰ ਲਓ, ਕਿ ਸਾਡੀ ਪਾਰਟੀ ਦਾ ਵੋਟ ਸ਼ੇਅਰ ਇੰਨਾ ਜ਼ਿਆਦਾ ਘੱਟ ਕਿਉਂ ਗਿਆ। ਤੁਹਾਨੂੰ ਲੱਗਦਾ ਕਿ ਮੰਥਨ ਕਰਨ ਦੀ ਜ਼ਰੂਰਤ ਹੈਗੀ ਆ ਪਾਰਟੀ ਨੂੰ, ਕਿਤੇ ਨਾ ਕਿਤੇ ਲਗਾਤਾਰ ਵੋਟ ਬੈਂਕ ਘੱਟ ਰਿਹਾ? ਜਿਹੜੀ ਤੁਸੀਂ ਗੱਲ ਅਮਨਜੀਤ ਦੀ 3-4 ਮਹੀਨੇ 'ਤੇ ਕਹਿ ਰਹੇ ਹੋ, ਤੁਸੀਂ ਵੀ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਉੱਥੇ ਸ਼ਾਮਿਲ ਸੀਗੇ, ਉਹਨਾਂ ਨੇ ਉਸ ਦਿਨ ਹੀ ਆਪਣੀ ਜਿਹੜੀ ਆ ਪਾਰਟੀ ਦੇ ਪਲੇਟਫਾਰਮ 'ਤੇ ਆਪਣੀ ਗੱਲ ਰੱਖੀ ਸੀਗੀ। ਭਗਵੰਤ ਸਿੰਘ ਜੀ ਮਾਨ ਸਾਡੇ ਜਿਹੜੇ ਪ੍ਰਧਾਨ ਨੇ, ਉਦਣ ਸਾਰਿਆਂ ਨੇ ਇਸ ਚੀਜ਼ 'ਤੇ ਸਹਿਮਤੀ ਵੀ ਪ੍ਰਗਟ ਕੀਤੀ ਆ ਕਿ ਸਾਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਆ, ਕਿਉਂਕਿ ਪਾਰਟੀ ਨੇ ਜੇਕਰ 2022 ਦੇ ਵਿੱਚ ਅੱਗੇ ਅਸੀਂ ਸਰਕਾਰ ਬਾਰੇ ਸੋਚਦੇ ਹਾਂ ਤਾਂ ਉਹਦੀ ਜਿਹੜੀ ਰਣਨੀਤੀ ਆ, ਜਿਹੜਾ ਉਹਦਾ ਸਾਡਾ ਅੱਗੇ ਕਿਵੇਂ ਕੀ ਕਰਨਾ ਆ, ਉਹ ਲਈ ਬੈਠਣ ਦੀ ਜ਼ਰੂਰਤ ਹੈਗੀ ਆ। ਔਰ ਅਸੀਂ ਇਲੈਕਸ਼ਨ ਤੋਂ ਬਾਅਦ ਆਪਣੇ ਇੱਕ ਡੇਟ ਵੀ ਰੱਖ ਰਹੇ ਹਾਂ, ਪਾਰਟੀ ਦੇ ਸਾਡੇ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਆ ਸਾਰੀ ਇਸ ਗੱਲ ਦੇ ਉੱਪਰ ਪੂਰੀ ਗੰਭੀਰ ਆ, ਔਰ ਜਿੱਥੇ ਜਿੱਥੇ ਕਿਤੇ ਸਾਡੇ ਕੋਲ ਗਲਤੀ ਹੋਈ ਆ ਉਹਨੂੰ ਆਪਾਂ ਸਵੀਕਾਰ ਕਰਕੇ ਅੱਗੇ ਸੁਧਾਰਨ ਦੀ ਕੋਸ਼ਿਸ਼ ਕਰਾਂਗੇ, ਔਰ ਕੋਸ਼ਿਸ਼ ਕਰਾਂਗੇ ਕਿ 2022 ਦੀ ਜਿਹੜੀ ਤਿਆਰੀ ਉਹ ਅਸੀਂ ਹੁਣ ਤੋਂ ਹੀ ਸ਼ੁਰੂ ਕਰੀਏ। ਤੁਹਾਡੇ ਦੋ ਵਿਧਾਇਕਾਂ ਦੀ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਦੋ ਵਿਧਾਇਕ ਪਾਰਟੀ 'ਚ ਵਾਪਸੀ ਕਰ ਸਕਦੇ ਨੇ, ਤੁਹਾਨੂੰ ਇਹਦੇ ਬਾਰੇ ਕੋਈ ਹੈ ਗਿਆਨ ਕਿ ਕਦੋਂ ਵਾਪਸੀ ਕਰ ਰਹੇ ਨੇ, ਕੀ ਉਹਨਾਂ ਨਾਲ ਗੱਲਬਾਤ ਹੋਈ ਆ, ਜਾਂ ਉਹਨਾਂ ਦੀ ਪਾਰਟੀ ਨੂੰ ਜ਼ਰੂਰਤ ਹੈ ਵੀ ਹੈ ਕਿ ਨਹੀਂ? ਪਿਰਮਲ ਸਿੰਘ ਖਾਲਸਾ ਦੀ ਗੱਲ ਮੈਂ ਨਾਲ ਕਰ ਰਿਹਾ। ਮੇਰੀ ਹਮੇਸ਼ਾ ਹੀ ਕੋਸ਼ਿਸ਼ ਇਹ ਰਹੀ ਹੈ ਕਿ ਪਾਰਟੀ ਨੇ ਜੋ ਵੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਦੇ 'ਤੇ ਖਰਾ ਉਤਰ ਸਕਾਂ। ਮੈਂ ਆਪਣੇ ਹਲਕੇ ਦੇ ਨਾਲ ਨਾਲ ਪਾਰਟੀ ਨੇ ਹੁਣ ਮੈਨੂੰ ਫਗਵਾੜੇ ਦੀ ਜ਼ਿੰਮੇਵਾਰੀ ਦਿੱਤੀ ਹੈ, ਮੇਰਾ ਜਿੰਨਾ ਵੀ ਫੋਕਸ ਹੈ ਉਹ ਗੜਸ਼ੰਕਰ ਅਤੇ ਫਗਵਾੜੇ 'ਤੇ ਹੈ। ਪਾਰਟੀ 'ਚ ਕੌਣ ਰੁੱਸਿਆ ਮੰਨ ਰਿਹਾ ਜਾਂ ਕੌਣ ਰੁੱਸਣ ਜਾ ਰਿਹਾ ਇਹਦੇ ਬਾਰੇ ਮੈਨੂੰ ਕੋਈ ਖਾਸ ਪਤਾ ਨਹੀਂ ਹੈਗਾ, ਪਰ ਮੇਰੀ ਕੋਸ਼ਿਸ਼ ਹੈ ਕਿ ਜਿੱਥੇ ਮੇਰੀ ਡਿਊਟੀ ਲਾਈ ਗਈ ਹੈ ਮੈਂ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂ। ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਸਾਹਿਬ ਦੀ ਚਰਚਾ ਵੀ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਹੋਈ, ਉਹਨਾਂ ਨਾਲ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਪਾਰਟੀ ਕਰੇਗੀ ਜਾਂ ਉਹਨਾਂ ਨਾਲ ਮਿਲ ਕੇ ਚੱਲਣ ਦੀ ਵੀ ਕੋਈ ਗੱਲਬਾਤ ਹੋ ਸਕਦੀ ਹੈ ਆਮ ਆਦਮੀ ਪਾਰਟੀ 'ਚ? ਨਹੀਂ, ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਨਾ ਹੀ ਮੇਰੇ ਸਾਹਮਣੇ ਕਦੇ ਕੋਈ ਇੱਦਾਂ ਦੀ ਕੋਈ ਕੋਸ਼ਿਸ਼ ਹੋਈ ਹੈ ਜਾਂ ਗੱਲ ਹੋਈ ਹੈ। ਮੇਰੀ ਇਹ ਕੋਸ਼ਿਸ਼ ਹੈ ਕਿ ਆਪਾਂ ਜਿਹੜੇ ਵੀ ਮੈਨੂੰ ਹਲਕੇ 2 ਦਿੱਤੇ ਗਏ ਨੇ, ਗੜਸ਼ੰਕਰ ਮੇਰੀ ਜ਼ਿੰਮੇਵਾਰੀ ਪਹਿਲਾਂ ਹੀ ਬਣਦੀ ਹੈ, ਮੈਂ ਉੱਥੋਂ MLA ਹਾਂ, ਔਰ ਫਗਵਾੜੇ ਤੋਂ ਮੈਨੂੰ ਜਿਹੜੀ ਡਿਊਟੀ ਲਾਈ ਗਈ ਹੈ, ਕਿ ਮੇਰੀ ਕੋਸ਼ਿਸ਼ ਹੋਊਗੀ ਕਿ ਪਾਰਟੀ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨੂੰ ਬਾਖੂਬੀ ਨਿਭਾਵਾਂ।
ਫਗਵਾੜਾ ਸੀਟ ਦੀ ਆਪਾਂ ਗੱਲ ਕਰ ਲਏ ਹਾਂ। ਫਗਵਾੜਾ ਸੀਟ BJP ਕੋਲ ਸੀਗੀ, ਸੋਮ ਪ੍ਰਕਾਸ਼ ਉੱਥੋਂ ਵਿਧਾਇਕ ਸਨ। ਆਮ ਆਦਮੀ ਪਾਰਟੀ ਦਾ ਉੱਥੇ ਜੋ ਜ਼ਿਆਦਾ ਅੱਛਾ ਨਹੀਂ ਦਿਖ ਪਾਇਆ, ਜਦੋਂ ਹੁਣ ਵੀ 2019 ਦੇ ਇਲੈਕਸ਼ਨ ਵੀ ਹੋਏ ਨੇ ਉਸ ਤੋਂ ਪਹਿਲਾਂ ਵੀ, ਤਾਂ ਤੁਹਾਨੂੰ ਲੱਗਦਾ ਕਿ ਉੱਥੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਹਾਲੇ ਤੀਕਰ? ਅਗਰ ਆਮ ਆਦਮੀ ਪਾਰਟੀ ਨੂੰ ਬਹੁਤ ਸਟਰੋਂਗ ਕਰਨਾ ਹੋਵੇ ਤਾਂ ਜ਼ਿੰਮੇਦਾਰੀ ਲਓਗੇ ਤੁਸੀਂ ਇਸ ਚੀਜ਼ ਦੀ, ਜਾਂ ਤੁਹਾਨੂੰ ਕਿਸ ਤਰੀਕੇ ਨਾਲ ਪਲੈਨ ਕਰ ਰਹੇ ਹੋ ਕਿ ਫਗਵਾੜਾ ਸੀਟ ਜਿੱਤੀ ਜਾਵੇ? ਕੰਮ ਕਰਨ ਦੀ ਜ਼ਰੂਰਤ ਆ ਪੂਰੇ ਪੰਜਾਬ ਵਿੱਚ, ਕਿਉਂਕਿ ਇਲੈਕਸ਼ਨ ਦੇ ਲਈ ਜਿੱਤਣ ਦੇ ਲਈ ਜੋ ਵੀ ਸਾਧਨ ਹੋਣੇ ਚਾਹੀਦੇ ਨੇ ਬਾਕੀ ਪਾਰਟੀਆਂ ਦੇ ਨਾਲੋਂ ਸਾਡੇ ਕੋਲ ਬਹੁਤ ਜ਼ਿਆਦਾ ਘੱਟ ਨੇ। ਉਹ ਰਵਾਇਤੀ ਪਾਰਟੀਆਂ ਨੇ, ਉਹਨਾਂ ਕੋਲ ਪੈਸੇ ਦੀ, ਕੇਡਰ ਦੀ, ਵਲੰਟੀਅਰ ਦੀ ਕੋਈ ਕਮੀ ਨਹੀਂ ਹੈ। ਸਾਡੇ ਕੋਲ ਤਾਂ ਅੱਜ ਸਿਰਫ 5-7 ਸਾਲ ਪੁਰਾਣੀ ਪਾਰਟੀ ਆ। ਸਾਨੂੰ ਪੂਰੇ ਪੰਜਾਬ ਵਿੱਚ ਮਿਹਨਤ ਕਰਨ ਦੀ ਲੋੜ ਆ, ਔਰ ਖਾਸ ਕਰਕੇ ਫਗਵਾੜੇ ਤੁਸੀਂ ਗੱਲ ਕਰ ਰਹੇ ਹੋ, ਲੋਕਾਂ ਨੇ ਦੇਖ ਲਿਆ ਆ ਕਿ ਮੋਦੀ ਸਾਹਿਬ ਨੇ ਜਿਹੜੇ ਵੀ ਵਾਅਦੇ ਕੀਤੇ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੇ ਕੀ ਕੀਤਾ ਆ, ਕੈਪਟਨ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਉਹਨਾਂ 'ਚੋਂ ਕੀ ਕੀਤਾ ਆ, ਔਰ ਜੋ ਬਾਦਲ ਸਾਹਿਬ ਨੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਅਤੇ ਕੈਪਟਨ ਸਾਹਿਬ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਆ, ਪੰਜਾਬ ਦੇ ਲੋਕ, ਫਗਵਾੜੇ ਦੇ ਲੋਕ ਸਾਰਾ ਕੁਛ ਦੇਖ ਚੁੱਕੇ ਨੇ। ਅੱਜ ਉਹਨਾਂ ਨੂੰ ਜ਼ਰੂਰਤ ਹੈ ਕਿ ਜਿਹੜੀ ਤੀਜੀ ਧਿਰ ਆਮ ਆਦਮੀ ਪਾਰਟੀ ਜਿਹੜੇ ਪੰਜਾਬ ਦੇ ਬੱਚਿਆਂ ਦੇ ਭਵਿੱਖ ਦੇ ਲਈ ਚੰਗੀ ਸੋਚ ਲੈ ਕੇ ਆ ਰਹੀ ਆ ਕਿ ਪੰਜਾਬ ਨੂੰ ਵੀ ਨਸ਼ਿਆਂ ਤੋਂ ਨਿਜਾਤ ਮਿਲੇ, ਬੇਰੁਜ਼ਗਾਰੀ ਤੋਂ ਨਿਜਾਤ ਮਿਲੇ, ਕਿਸਾਨੀ ਅਤੇ ਜਵਾਨੀ ਦਾ ਬਚਾਅ ਹੋ ਸਕੇ, ਉਹਦੇ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਜ਼ਰੂਰਤ ਆ। ਫਗਵਾੜਾ ਸੀਟ ਦੇ ਵਿੱਚ ਦਲਿਤ ਭਾਈਚਾਰੇ ਦੀ ਵੋਟ ਜਿਹੜੀ ਹੈਗੀ ਬਹੁਤ ਜ਼ਿਆਦਾ, ਕੀ ਤੁਸੀਂ ਉੱਤੇ ਦਲਿਤਾਂ ਦੇ ਮੁੱਦੇ ਚੱਕੋਗੇ? ਕਿਉਂਕਿ ਸਭ ਤੋਂ ਜ਼ਿਆਦਾ ਅਗਰ ਤਸ਼ੱਦਦ ਦੀ ਕੋਈ ਖਬਰ ਆਉਂਦੀ ਆ ਤਾਂ ਉਹ ਫਗਵਾੜੇ ਤੋਂ ਆਉਂਦੀ ਆ, ਦਲਿਤ ਭਾਈਚਾਰੇ ਨੂੰ ਲੈ ਕੇ ਕਿਹੜੇ ਕਿਹੜੇ ਮੁੱਦੇ ਚੱਕਣ ਜਾ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ? ਦਲਿਤ ਭਾਈਚਾਰੇ ਦੇ ਨਾਲ ਅੱਜ ਤੱਕ ਜਿੰਨੇ ਵੀ ਕੋਈ ਅਹਿਮ ਮੁੱਦੇ ਰਹੇ ਨੇ ਉਹ ਹਮੇਸ਼ਾ ਹੀ ਆਮ ਆਦਮੀ ਪਾਰਟੀ ਨੇ ਬੜੀ ਸੰਜੀਦਗੀ ਨਾਲ ਚੁੱਕੇ ਨੇ। ਔਰ ਜੇਕਰ ਅਸੀਂ ਸਭ ਤੋਂ ਵੱਧ ਅਹਿਮ ਦੇਖ ਲਈਏ ਬੱਚਿਆਂ ਦੇ ਸਕੋਲਰਸ਼ਿਪ ਦੀ ਜਿਹੜੀ ਗੱਲ ਹੈ, ਕਿਉਂਕਿ ਬਾਦਲ ਸਾਹਿਬ ਅੱਜ ਕਹਿ ਰਹੇ ਨੇ ਕਿ ਅਸੀਂ ਜਿਹੜਾ ਆ 50-50 ਲੱਖ ਰੁਪਇਆ, ਕਰੋੜ ਕਰੋੜ ਰੁਪਇਆ ਜਿਹੜਾ ਪਿੰਡਾਂ ਦੇ ਵਿੱਚ ਗ੍ਰਾਂਟਾਂ ਦਿੱਤੀਆਂ, ਦਿੱਤੀਆਂ ਕਿੱਥੋਂ ਨੇ? ਜਿੰਨੇ ਵੀ ਐਸੀ ਬੱਚਿਆਂ ਦੇ ਸਕੋਲਰਸ਼ਿਪ ਦੇ ਪੈਸੇ ਆਏ ਉਹਨਾਂ ਨੇ ਸੰਗਤ ਦਰਸ਼ਨ ਵਾਸਤੇ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਪੈਸੇ ਵੰਡ ਦਿੱਤੇ। ਔਰ ਆਪਣੇ ਸਾਧੂ ਸਿੰਘ ਧਰਮਸੋਤ ਜੀ ਮੰਤਰੀ ਸੀਗੇ, ਹੁਣ ਵੀ ਹੈਗੇ ਨੇ, ਉਹ ਕਹਿੰਦੇ ਕਿ ਮੈਂ ਇਹ ਸਾਰਾ ਹੀ ਜਾਣਗੇ ਇਹਨਾਂ ਦਾ ਕੱਚਾ ਚਿੱਠਾ ਅੱਗੇ ਲੈ ਕੇ ਆਊਂਗਾ, ਮੈਂ ਇਹਨਾਂ ਦੀ ਜਿਹੜੇ ਖੁਲਾਸੇ ਕਰੂੰਗਾ ਕਿ ਇਹਨਾਂ ਨੇ ਇੰਨੇ ਇੰਨੇ ਪੈਸੇ ਇੱਥੇ ਇੱਥੇ ਖਾਧੇ ਨੇ। ਪਰ ਮੰਤਰੀ ਸਾਹਿਬ ਕਿੱਥੇ ਗਏ ਤੁਹਾਡੇ ਵਿਧਾਨ ਸਭਾ ਵਿੱਚ ਕਹੇ ਹੋਏ ਸ਼ਬਦ? ਅੱਜ ਵੀ ਬੱਚੇ ਜਿਹੜੇ ਨੇ ਆਪਣੀਆਂ ਡਿਗਰੀਆਂ ਲੈਣ ਲਈ, ਆਪਣੇ ਸਰਟੀਫਿਕੇਟ ਲੈਣ ਲਈ, ਅੱਜ ਵੀ ਐਡਮਿਸ਼ਨ ਲੈਣ ਲਈ ਉਹ ਬੱਚੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ। ਪਰ ਅੱਜ ਜਿੰਨੇ ਮੈਂ ਸਮਝਦਾ ਕਿ ਬਾਦਲ ਸਰਕਾਰ ਉਹਨਾਂ ਪੈਸਿਆਂ ਨੂੰ ਗਲਤ ਪਾਸੇ ਵਰਤ ਕੇ ਜ਼ਿੰਮੇਵਾਰ ਹੈ, ਕਿਉਂਕਿ ਅੱਜ ਸੈਂਟਰ ਕਹਿ ਰਿਹਾ ਕਿ ਅਸੀਂ ਦੂਜੀ ਕਿਸ਼ਤ ਤਾਂ ਭੇਜਣੀ ਹੈ ਕਿ ਪਹਿਲੀ ਦਾ ਹਿਸਾਬ ਦਿਓ, ਔਰ ਕੈਪਟਨ ਸਾਹਿਬ ਨੇ ਹਿਸਾਬ ਕਰਨਾ ਸੀ, ਕੈਪਟਨ ਸਾਹਿਬ ਤਾਂ ਹੁਣ ਕਲੀਨ ਚਿੱਟ ਦੇ ਰਹੇ ਆ। ਫਗਵਾੜੇ ਦੇ ਲੋਕ, ਪੰਜਾਬ ਦੇ ਲੋਕ ਜ਼ਰੂਰ ਇਨਸਾਫ ਕਰਨਗੇ। ਧੰਨਵਾਦ ਰੋਹਿਤ ਸਰ, ਮਿਹਰਬਾਨੀ ਜੀ। ਤਾਂ ਇਹ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਹੁਣ ਚੱਕੇ ਜਾਣਗੇ ਆਉਣ ਵਾਲੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ, 21 ਤਰੀਕ ਨੂੰ ਵੋਟਿੰਗ ਹੈ, ਤਾਂ ਉਸ ਨੂੰ ਲੈ ਕੇ ਲਗਭਗ ਤਿਆਰੀ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਅਸੀਂ ਕਰ ਚੁੱਕੇ ਹਾਂ। ਹਾਲਾਂਕਿ ਲੋਕ ਕਿਸ ਦੇ ਨਾਮ 'ਤੇ ਫਤਵਾ ਜਾਰੀ ਕਰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ। ਕੈਮਰਾਮੈਨ ਦੀਪਕ ਤੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ TV, ਚੰਡੀਗੜ੍ਹ।